ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੋ ਗਈ ਤਿਆਰੀ? ਹੋ ਗਈ ਹੋ ਗਈ ਹੋ ਗਈ। ਹਾਂਜੀ ਲਓ ਜੀ, ਸਾਰਿਆਂ ਦੇ ਕੱਪੜੇ ਰੈਡੀ ਸੈਡੀ ਹੋ ਕੇ ਇੱਥੇ ਰੱਖੇ ਆ ਤੇ ਪ੍ਰੈਸ ਕਰਕੇ, ਮੈਨੂੰ ਲੱਗਦਾ ਰਾਤ ਤੇ ਪ੍ਰੈਸ ਕਰ ਲਏ ਹਨਾ। ਰਾਤੀ ਸਾਰਾ ਸੈੱਟ ਕੀਤਾ ਜੀ ਸਾਰਾ। ਖਰਮੇਰ ਦੀ ਫਰਾਕ ਹੀ ਬੜੀ ਝਿਲਮਿਲ ਕਰਨ ਦੀ ਆ ਤੇ ਹੈ ਸਪੈਸ਼ਲ। ਚਲੋ ਚੱਲੀਏ ਫਿਰ। ਚਲੋ ਚਲੋ। ਵਿਆਹ ਵਾਲੇ ਮੁੰਡੇ ਦਾ ਸਪੈਸ਼ਲ ਫਰਮਾਨ ਆ ਕਿ ਮੇਰੀਆਂ ਭਾਬੀਆਂ ਦਾ ਟੌਰ ਨਿਕਲਣਾ ਚਾਹੀਦਾ। ਆਹੋ, ਜਾਣਗੇ ਉਹਨੇ ਜ਼ਿਆਦਾ ਹੀ ਕੰਮ ਪਾਤਾ ਹਨ। ਨਹੀਂ ਜ਼ਿਆਦਾ ਤਾਂ ਨਹੀਂ ਆ। ਚਲੋ ਕੋਈ ਨਹੀਂ, ਤੁਸੀਂ ਕਿਹੜਾ ਰੋਜ਼ ਰੋਜ਼ ਜਾਂਦੇ ਹੋ? ਚੱਲ ਕੋਈ ਨੀ, ਆ ਕੇ ਕਰ ਲਿਓ ਹੁਣ। ਕੋਈ ਨਹੀਂ, ਅਸੀਂ ਚੱਲੇ ਹਾਂ ਇਨ ਸਟਾਈਲ ਸਿਉਣ ਵਾਲਿਆਂ ਦੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਉਹਨਾਂ ਦੇ ਉੱਤੇ ਭਰੋਸਾ ਜਤਾਉਂਦੇ ਹਾਂ ਤੇ ਉਹਨਾਂ ਕੋਲ ਹੀ ਹਮੇਸ਼ਾ ਜਾਈਦਾ ਵਾ। ਉਹਨਾਂ ਕੋਲ ਹੀ ਜਾਈਦਾ, ਥੋੜਾ ਬਹੁਤਾ ਮੇਕਅਪ ਕਰੀਦਾ ਵਾ ਉਹਨਾਂ ਕੋਲ ਹੀ, ਕਿਉਂਕਿ ਕਦੇ ਆਪਾਂ ਕਦੇ ਜਾਈਦਾ ਹੀ ਨਹੀਂ ਹੈ ਨਾ। ਇੱਕ ਦੋ ਵਾਰੀ ਬਸ ਗਏ ਆ ਉਹੀ ਤੇ ਹੁਣ ਤੁਸੀਂ, ਮੈਂ ਬਲੌਗ 'ਚ ਕਿਹਾ ਨਾ ਪ੍ਰੀਤੀ ਤੂੰ ਪੈਂਟ ਚੇਂਜ ਕਰਦੀ ਤੇ ਸਾਰਿਆਂ ਨੇ ਨਹੀਂ, ਮਤਲਬ ਜਿਹੜਾ ਵੀ ਚੱਕ ਦੋ ਮੇਰੇ ਨਾਲ ਹੈ ਨਾ, ਤੈਨੂੰ ਪਤਾ ਹੀ ਖਾਣ ਦੀ ਖਾਂਦਾ ਜਿਹੜਾ ਕਮੈਂਟ ਕਰਦਾ ਉਹਨੇ ਕਹਿਣਾ ਹੈ ਨਾ ਤੂੰ ਨਹੀਂ ਕੁਝ ਕੀਤਾ ਤੇ ਮੈਂ ਦੱਸਦਾ ਕਿ ਮੰਮੀ ਦੀ ਚੁੰਨੀ ਦੀ ਲੈਸ ਥੁੜ ਗਈ ਤੇ ਰਾਤ ਹੀ ਸੂਟ ਲਿਆਂਦਾ ਤੇ ਬਾਅਦ ਚੋਂ ਆ ਕੇ ਮੰਮੀ ਨੇ ਦੱਸਿਆ ਕਿ ਮੇਰੀ ਤੇ ਚੁੰਨੀ ਦੀ ਲੈਸ ਹੈਨੀ ਆ ਆਹ ਵਾਲੀ ਦੀ ਤੇ ਰਾਤ ਹੀ ਵੀਰ ਜੀ ਤੇ ਭਾਬੀ ਜੀ ਸ਼ਹਿਰ ਫਿਰ ਅਸੀਂ ਉੱਧਰੋਂ ਇਹ ਫਿਰ ਇੱਥੇ ਕੱਪੜੇ ਰੈਡੀ ਕਰਨ ਡਈ ਸੀ ਤੇ ਮੈਂ ਲੈ ਕੇ ਨਵੀਂ ਦੁਬਾਰਾ ਦੇੜ ਕੇ ਸਾਰੀ ਲੈਸ ਜਿੰਨੀ ਕੁ ਥੋੜ੍ਹੀ ਸੀ ਉਹਦੇ ਬਦਲੇ ਦੇੜ ਕੇ ਸਾਰੀ ਦੂਸਰੀ ਲੈਸ ਲਿਆ ਕੇ ਤੇ ਰਾਤ ਜੀਤਾਂ ਦੀਦੀ ਘਰ ਲਾਈ ਸੀ। ਬਾਕੀ ਤੁਹਾਨੂੰ ਪਤਾ ਹੀ ਆ ਕਿ ਸੂਟਾਂ ਦਾ ਜਿਹੜਾ ਬੜਾ ਪੰਗਾ ਪਿਆ ਸੀ, ਭਾਬੀ ਦਾ ਗੈਪ ਹੋ ਗਿਆ ਸੀ, ਪ੍ਰੀਤੀ ਦਾ ਸੀਤਾ ਨਹੀਂ ਤੇ ਖੜੇ ਪੈਰ ਦੇ ਉੱਤੇ ਸੂਟ ਸਵਾਏ, ਸੂਟਾਂ ਨੇ ਬੜਾ ਮਜ਼ਾ ਮਾਰਤਾ ਤੇ ਸੂਟ ਕੱਲ ਦੇ ਸੀਪ ਕੇ ਉੱਥੇ ਪਹੁੰਚ ਗਏ ਆ। ਪਰ ਜੇ ਹੁਣ ਅੱਜ ਜਾ ਕੇ ਵੇਖਦੇ ਆ, ਜੇ ਮਿਲ ਗਏ ਤੇ ਫਿਰ ਪਾ ਲੈਣਗੀਆਂ, ਜੇ ਨਾ ਪਾਏ ਤੇ ਫਿਰ ਇਹਨਾਂ ਦੇ ਵਿੱਚ ਵੇਖਣਗੇ ਪਾਰਟੀ, ਫਿਰ ਇਹੀ ਸੂਟਾਂ ਵਿੱਚ ਪਾਰਟੀ ਵੇਖਣੀ ਹਨਾ। ਤੇ ਚਲੋ ਹੁਣ ਚੱਲੀਏ ਆਪਾਂ ਇੰਸਟਾਇਲ ਸੈਵਨ ਵਾਲਿਆਂ ਦੇ ਤੇ ਉੱਥੋਂ ਥੋੜ੍ਹਾ ਬਹੁਤਾ ਜਿਹੜਾ ਤਿਆਰ ਹੁਣ ਆਇਆ ਹੋਵੋ ਤੇ ਬਾਕੀ ਦੱਸ ਦਈਏ ਸਾਰਿਆਂ ਨੂੰ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਦੋ ਸਲੂਨ ਆ, ਇੱਕ ਬਟਾਲੇ ਤੇ ਇੱਕ ਕਾਦੀਆਂ ਤੇ ਬਹੁਤ ਵਧੀਆ ਰੈਡੀ ਕਰਦੇ ਆ। ਅੱਜ ਆਪ ਆਏ ਆ? ਚਲੋ ਲਓ ਜੀ, ਆਪਾਂ ਪਹੁੰਚ ਗਏ ਆ ਇਨ ਸਟਾਈਲ ਸੈਵਨ ਬਿਊਟੀ ਸਲੂਨ ਕਾਦੀਆਂ। ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਬ੍ਰਾਂਚ ਜਿਹੜੀ ਆ ਉਹ ਹੈਗੀ ਆ ਬਟਾਲੇ, ਬਾਹਰ ਨੂੰ ਖੋਲੋ ਲਿਖਿਆ ਵੀ ਉੱਤੇ ਚੰਗਾ ਭਲਾ। ਚਾਹ ਕੋਈ ਨੀ, ਹੁਣੇ ਮੰਗਾ ਦਿੱਤੇ। ਸਹੀ ਗੱਲ ਆ, ਵੇਖ ਮੈਨੂੰ ਬਾਹਰ ਹੀ ਛੱਡ ਗਏ ਆ। ਹੋਰ ਜੀ, ਚਲੋ ਫਿਰ ਰਹਿਣ ਦੇ ਮੈਂ ਕਿਹਾ ਭਗਤ ਬੰਦੇ ਦਰਸ਼ਨ ਦੇਣ ਆਏ ਆ, ਹਰ ਵੇਲੇ ਭਗਤੀ ਕਰੀਦੀ। ਕਿਉਂਕਿ ਇਹ ਭਗਤ ਬੰਦੇ ਸਿਰਫ ਇੱਕ ਤੁਹਾਡਾ ਸਲੂਨ ਆ ਜਿਹਦੇ ਉੱਤੇ ਭਰੋਸਾ ਜਤਾਉਂਦੇ ਆ, ਤੇ ਤੁਹਾਡੇ ਸਲੂਨ 'ਚ ਹੀ ਆਉਂਦੇ ਆ, ਇਹਦੇ ਤੋਂ ਇਲਾਵਾ ਕਿਤੇ ਨਹੀਂ ਜਾਂਦੇ। ਹਾਂ ਇਹ ਅੰਦਰ ਵਾ, ਉਹ ਬਾਹਰ ਵਾ ਤਾਂ ਕਰਕੇ ਸੀਮਟ ਦਾ। ਚਲੋ ਆ ਜਾਓ। ਲਓ ਜੀ, ਇੱਧਰ ਮੈਡਮ ਦੀ ਇੱਕ ਦਿਨ ਦੀ ਤਿਆਰੀ ਹੋਣ ਲੱਗ ਪਈ ਆ।
ਚੱਲ ਹੋਣਾ ਭਾਬੀ ਨੇ ਤਾਂ ਕਰਵਾ ਲਿਆ ਹੈ ਸਟਾਈਲ ਉਹਦਾ ਭਾਬੀ ਸਮੇਂ ਦਾ ਜਾਨੇ ਨਾ ਭਾਬੀ ਦਾ ਇਹ ਸਟਾਈਲ ਹੋ ਗਿਆ ਤੇਰਾ ਰਹਿ ਗਿਆ ਜਰਾ ਕੋਈ ਇਹ ਚੱਲ ਹੋਇਆ ਇਹ ਕਿੰਨੇ ਸਮੇਂ ਲੱਗੇ ਨੇ ਕਿੰਨੀਆਂ ਤੇਰਾ ਮੇਕਅਪ ਹੋ ਗਿਆ ਭਾਬੀ ਦਾ ਮੇਕਅਪ ਰਹਿ ਗਿਆ ਹਾਂ ਸਹੀ ਹੈ ਚੱਲ ਕਰਵਾ ਲਾ ਉਧਰ ਨੇਲ ਡੇ ਆ ਕਰਵਾਉਣ चलो तुहानू कमेंटा ने दस देना कि तुहानू मेकअप करवाना चाहिदा है कि नहीं ठीक है मैं कमेंटा दे विच दस देना तुहानू सारयां ने कि करवाना चाहिदा कि नहीं नाल मैं दस दिन ही रहया मैं आईलैशेज भी नहीं लगाईया ते लहंगे भी पाए ते ओदा दीदी उनी भाभी ने कहते पाए आ करदे आ मेकअप ते असि इत्थे ही हर वारी आउने आ जदों भी किते जाना होए ऐसे असि फर्स्ट टाइम ही आए आ ओदा असि नू मारा मोटा फेशियल फुशियल करवाउणा होए ते फिर आ जीदा वा ਤੇ ਬਹੁਤ ਵਧੀਆ ਕਰਦੇ ਆ ਤੇ ਮੇਕਅਪ ਵੀ ਇਹ ਲੋਕ ਇਹਨਾਂ ਸੋਹਣਾ ਕੀਤਾ ਸਾਡਾ ਮੇਰੀ ਅੱਖਾਂ ਸਿੰਪਲ ਵੀ ਵਧੀਆ ਕਰਦੇ ਤੇ ਹਾਈ ਵੀ ਮੇਰੀ ਅੱਖਾਂ ਦਿਖਾ ਦਿਓ ਮੈਂ ਵੀ ਨਹੀਂ ਪਵਾਏ ਨਹੀਂ ਵੀ ਮੈਂ ਲੈਂਜ ਨਹੀਂ ਪਵਾਏ ਮੈਂ ਕਿਹੜੇ ਪਵਾਏ ਨਹੀਂ ਪਰ ਲੱਗਣ ਦੇ ਤਾਂ ਪਾਏ ਹੁੰਦੇ ਪਾਏ ਲੱਗਣ ਦੇ ਜਿੱਦਾਂ ਉਹ ਲਾਸ਼ੇ ਜਿ ਲੱਗਦੀਆਂ ਨਾ ਤਾਂ ਕਰਕੇ ਲੱਗਦਾ ਤਾਂ ਕਰਕੇ ਹਾਂ ਸਹੀ ਨਹੀਂ ਤਾਂ ਨਹੀਂ ਇਹ ਨਹੀਂ ਖਿਲਣਾ ਇਹਦੇ ਦੇ ਰਹਿ ਨਹੀਂ ਨਾ ਦਿੰਦੀ ਨਹੀਂ ਹੋਰ ਕਿੱਥੇ ਤਾਂ ਹੈਗਾ ਸਮਝ ਨਹੀਂ ਮੇਰੇ ਹੋਰ ਵੀ ਸੋਹਣਾ ਲੱਗਦਾ ਹਾਂ ਨਾ
ਪਹਿਲਾਂ ਇਹੀ ਲਏ ਸੀਗੇ ਪਰ ਉਹ ਜਿੱਦਾਂ ਫੇਰ ਚਲੋ ਅਜੇ ਮੈਂ ਵੀ ਜਾ ਕੇ ਰੈਡੀ ਹੋਣਾ ਆ ਤੁਹਾਨੂੰ ਪਤਾ ਵੀ ਹੈਗਾ ਫਿਰ ਜਦੋਂ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਜੱਟ ਦੇ ਅਜੇ ਨਿੱਕੇ ਨੇ ਰੈਡੀ ਹੋਣਾ ਹਾਂਜੀ ਚਲੀਏ ਟੌਰ ਨਿਕਲ ਕੇ ਤੁਹਾਡੇ ਪੂਰੇ ਹੈ ਇਨ ਸਟਾਈਲ ਸੈਵਨ ਆ ਕੇ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਟੌਰ ਕੱਢਣੇ ਆ ਉਹ ਇੱਕ ਵਾਰੀ ਸਾਰੇ ਜਾਣੇ ਜ਼ਰੂਰ ਵਿਜ਼ਿਟ ਕਰਿਓ ਆਪਾਂ ਇੱਥੇ ਵਿਜ਼ਿਟ ਕਰਦੇ ਹਾਂ ਜਦੋਂ ਵੀ ਆਉਂਦੇ ਹਾਂ ਮੇਕਅਪ ਵਾਸਤੇ ਅਤੇ ਬਾਕੀ ਤੁਸੀਂ ਵੇਖ ਸਕਦੇ ਹੋ ਕਾਦੀਆਂ ਵਾ ਨਾ ਵੈਸੇ ਬਟਾਲੇ ਵੀ ਆ ਹਨਾ ਹਾਂ ਬਟਾਲੇ ਵੀ ਆ ਕਾਦੀਆਂ ਵੀ ਆ ਬਾਕੀ ਇੱਕ ਬ੍ਰਾਂਚ ਇਹਨਾਂ ਦੀ ਬਟਾਲੇ ਆ ਅਤੇ ਜਿਹੜੇ ਬਟਾਲੇ ਵਾਲੇ ਆ ਬਟਾਲੇ ਦੇ ਨੇੜੇ ਵਾਲੇ ਉਹ ਉੱਥੇ ਵਿਜ਼ਿਟ ਕਰ ਸਕਦੇ ਆ ਅਤੇ ਕਾਦੀਆਂ ਦੇ ਨੇੜੇ ਨੇੜੇ ਵਾਲੇ ਕਾਦੀਆਂ ਵਿਜ਼ਿਟ ਕਰ ਸਕਦੇ ਆ ਫਿਰ ਚੱਲਣਾ ਪਵੇਗਾ ਵੀ ਜ਼ਿਆਦਾ ਵੀ ਹੈ ਨਾ ਹਾਂਜੀ ਅਤੇ ਇਸ ਕਰਕੇ ਜ਼ਰੂਰ ਵਿਜ਼ਿਟ ਕਰਿਓ ਅਤੇ ਮੇਕਅਪ ਬਹੁਤ ਜ਼ਿਆਦਾ ਸੋਹਣਾ ਹੋਇਆ ਆ ਹੈ ਨਾ ਉਹ ਸਾਰਿਆਂ ਨੇ ਦੱਸ ਦੇਣਾ ਕਮੈਂਟਾਂ ਵਿੱਚ ਹਾਂ ਤੇ ਹੁਣ ਜ਼ਰੂਰ ਮੇਕਅਪ ਕਰਾਇਓ ਤੇ ਨਾਲੇ ਕਮੈਂਟ 'ਚ ਜ਼ਰੂਰ ਦੱਸੇ ਕਿ ਅਸੀਂ ਇੱਥੋਂ ਇੰਨੇ ਸਟਾਈਲ ਕਰਦੀਆਂ ਕਿ ਇੰਨੇ ਸਟਾਈਲ ਬਟਾਲੇ ਵਾਲਿਆਂ ਕੋਲੋਂ ਆਪਾਂ ਮੇਕਅਪ ਕਰਵਾਇਆ ਆ ਠੀਕ ਆ ਓਕੇ